ਚਰਚਾ ਹੋਈ ਹੈ ਤੇ ਉਹਦੇ ਵਿੱਚ ਜੇ ਕਿਹਾ ਜਾਵੇ ਸਦਨ ਦੇ ਵਿੱਚ ਉਹ ਕਰੀ ਹੈ ਰੰਧਾਵਾ ਸਾਹਿਬ ਸੀਏ ਨੂੰ ਲੈ ਕੇ ਚਰਚਾ ਹੋਈ ਅਕਾਲੀ ਦਲ ਦਾ ਸਟੈਂਡ ਕੀ ਦੇਖਦੇ ਹੋ ਤੁਸੀਂ ਤੇ ਕਾਂਗਰਸ ਨੇ ਵੇਖਿਆ ਨੀ ਅੰਦਰ ਕੀ ਉਹ ਕਰਕੇ ਗਏ ਨੇ ਉਹਨਾਂ ਦਾ ਅੰਦਰ ਕੋਈ ਹੋਰ ਬਾਹਰ ਕੋਈ ਗੱਲ ਹੋਰ ਕਰਦੇ ਨੇ ਵੇਖੋ ਗੱਲ ਸੁਣੋ ਅਕਾਲੀ ਦਲ ਇਹੋ ਜਿਹੀ ਪਾਰਟੀ ਆ ਜਿਹੜੀ ਕਮਿਊਨਲ ਲਾਈਨਸ ਦੇ ਉੱਤੇ ਚੱਲਦੀ ਹੈ ਜਿਹੜੀ ਸਿਰਫ ਤੇ ਸਿਰਫ ਉਹ ਚੱਲਦੀ ਆ ਆਪਣੀ ਪਾਵਰ ਦੇ ਨਾਲ ਬਾਦਲ ਜਾਂ ਇਹ ਜਿਹੜੇ ਮੁੰਡੇ ਨੇ ਇਹਨਾਂ ਨੂੰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੀ ਗੱਲ ਜਦੋਂ ਵੱਡੇ ਬਾਦਲ ਸਾਹਿਬ ਨੇ ਉਹ ਲਿਆਂਦਾ ਸੀ ਮਥਾ ਅਨੰਦਪੁਰ ਸਾਹਿਬ ਦਾ ਉਹਦੇ ਤੋਂ ਪਿੱਛੇ ਹਟ ਗਏ ਨੇ ਇੱਕ ਮੈਂ ਹੋਰ ਚੀਜ਼ ਪੁੱਛਣੀ ਚਾਹੁੰਦਾ ਕਿ ਇਹਨਾਂ ਨੇ ਕਿਹਾ ਸੀ ਕਿ ਸਟੇਟਾਂ ਨੂੰ ਵਾਧੇ ਅਧਿਕਾਰ ਦਿੱਤੇ ਜਾਣ ਕਿ ਮੇਰੇ ਖਿਆਲ ਜੰਮੂ ਸਾਹਿਬ ਨੂੰ ਪਤਾ ਤੂੰ ਜੋ ਛੋਟਾ ਹੋਣਾ ਤੈਨੂੰ ਨਹੀਂ ਪਤਾ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਉਸ ਵੇਲੇ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਵੱਧ ਅਧਿਕਾਰ ਮਿਲਣ ਅਤੇ ਅੱਜ ਪ੍ਰਕਾਸ਼ ਸਿੰਘ ਬਾਦਲ ਘਰ ਇਹਨਾਂ ਨੇ ਬੱਚਿਆਂ ਨੇ ਬੰਦ ਕਰਕੇ ਉਹਨਾਂ ਨੂੰ ਬਿਠਾ ਦਿੱਤਾ ਕਿ ਕਿਤੇ ਬਾਪੂ ਜੀ ਬੋਲਿਓ ਨਾ ਮੋਦੀ ਮਾਰ ਦੂ ਜਿਹੜਾ ਕਹਿੰਦੇ ਹੁੰਦੇ ਨਾ ਸੌਂਜਾ ਨਹਰੀ ਸਿੰਘ ਨਲੂਆ ਆ ਗਿਆ ਅਫਗਾਨਿਸਤਾਨ 'ਚ ਕਹਿੰਦੇ ਹੁੰਦੇ ਨਾ ਇਹ ਅੱਜ ਇਹਨਾਂ ਨੇ ਅਕਾਲੀ ਦਲ ਨੇ ਆਪਣੇ ਲਈ ਅਤੇ ਵੱਡੇ ਬਾਦਲ ਸਾਹਿਬ ਲਈ ਮੋਦੀ ਨੂੰ ਹਰੀ ਸਿੰਘ ਨਲੂਏ ਵਾਂਗੂ ਡਰਾਉਂਦੇ ਨੇ ਉਹਨੂੰ ਕਿ ਬਾਪੂ ਜੀ ਬੋਲਣਾ ਨਹੀਂ ਇਹ ਸਾਡੀ ਕੁਰਸੀ ਖੋੜੇਗਾ ਇਹ ਸਾਨੂੰ ਸਾਡੇ ਜਿਹੜੇ ਮਾੜੇ ਕਾਰਨਾਮੇ ਉਹਨਾਂ ਨੂੰ ਕਰੇਗਾ ਇਹ ਜਿਹੜੀ NCR NRC ਜਾਂ CA ਸੁਖਜਿੰਦਰ ਸਿੰਘ ਰੰਧਾਵਾ ਬਿਲਕੁਲ ਨਹੀਂ ਮੰਨਦਾ ਅਤੇ ਨਾ ਕਾਂਗਰਸ ਪਾਰਟੀ ਮੰਨਦੀ ਹੈ ਜੇ ਮੇਰੇ ਕੋਲ ਕੋਈ ਪਰਫਾਰਮਾ ਭਰਨ ਲਈ ਆਏਗਾ ਮੈਂ ਉਹਨੂੰ ਕਹਾਂਗਾ ਕਿ ਮੈਂ ਬਿਲਕੁਲ ਨਹੀਂ ਭਰਨਾ ਮੈਂ ਹਿੰਦੁਸਤਾਨੀ ਹਾਂ ਮੈਂ ਨਹੀਂ ਚਾਹੁੰਦਾ ਕਿ ਮੇਰੇ 'ਤੇ ਮੋਦੀ ਮੋਹਰ ਲਾਵੇ ਅਤੇ ਫਿਰ ਮੈਂ ਹਿੰਦੁਸਤਾਨੀ ਬਣਾ ਮੇਰੇ ਖੂਨ 'ਚ ਮੇਰਾ ਹਿੰਦੁਸਤਾਨ NRC ਅਤੇ ਉਹਨਾਂ ਨੇ ਸਹਿਮਤੀ ਦੇ ਦਿੱਤੀ ਪਰ NPR ਨੂੰ ਲੈ ਕੇ ਜਿਹੜੇ ਕਿ ਚਿਦੰਬਰਮ ਦਾ ਹੀ ਕਿਤੇ ਨਾ ਕਿਤੇ ਹਵਾਲਾ ਦਿੰਦੇ ਹੋਏ ਨਜ਼ਰ ਆਏ ਤੁਸੀਂ ਸਹੀ ਮੰਨਦੇ ਕਰਦੇ ਨੇ ਸਾਡੀ ਜਦ ਸਰਕਾਰ ਨੇ ਕੋਈ ਲਾਗੂ ਕੀਤੀ ਪਈਆਂ ਫਾਈਲਾਂ ਪਈਆਂ ਰਹੀਆਂ ਇਹ ਕੀ ਗੱਲ ਮੋਦੀ ਨੂੰ ਇਹਨਾਂ ਨੂੰ ਬਾਦਲਾਂ ਨੂੰ ਇਹ ਪੁੱਛੋ ਕਿ ਪਹਿਲਾਂ ਜੇ ਉਹਦੀ ਤਾਂ ਚਿਦੰਬਰਮ ਦੀ ਤਾਂ ਕੱਢ ਕੇ ਲਏ ਨੇ ਉਹਨਾਂ ਪੁੱਛੋ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਅਨੰਦਪੁਰ ਦਾ ਮਤਾ ਜਾਂ ਵਾਧਿਤ ਕਰਨ ਦਾ ਮਤਾ ਉਹ ਕਿੱਥੇ ਆ ਅਤੇ ਬਾਦਲ ਸਾਹਿਬ ਨੂੰ ਹੁਣ ਮੈਂ ਬਜ਼ੁਰਗਾਂ ਨੂੰ ਅਪੀਲ ਕਰਦਾ ਕਿ ਸਾਡੇ ਸਾਰੇ ਬਜ਼ੁਰਗਾਂ ਦੇ ਨਾਲ ਤੁਸੀਂ ਇਕੱਠੇ ਸਾਥੀ ਸੀਗੇ ਅਤੇ ਹੁਣ ਬਾਦਲ ਸਾਹਿਬ ਇੱਕ ਤੁਹਾਡੇ 'ਤੇ ਆਸ ਹੈ ਕਿ ਇਸ ਉਮਰ 'ਚ ਸੱਚ ਬੋਲ ਕੇ ਜਾਇਓ ਕਿ ਤੁਹਾਡੇ ਮਨ ਦੇ ਵਿੱਚ ਕੀ ਆ ਜਿਹੜਾ ਨਾ ਤੁਹਾਨੂੰ ਅੰਦਰ ਬੰਦ ਕਰਕੇ ਰੱਖਿਆ ਕਿਰਪਾ ਕਰਕੇ ਬਾਹਰ ਨਿਕਲੋ ਅਤੇ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਤੁਹਾਡੇ ਦਿਮਾਗ 'ਚ ਸੀ ਕਿਉਂ ਜੇਲ੍ਹਾਂ ਕੱਟੀਆਂ ਕਿਹਦੇ ਲਈ ਕੱਟੀਆਂ ਪੰਜਾਬੀ ਸੂਬੇ ਲਈ ਕੱਟੀਆਂ ਜਾਂ ਹੋਰ ਚੀਜ਼ਾਂ ਲਈ ਕੱਟੀਆਂ ਇਹ ਜ਼ਰੂਰ ਦੱਸ ਕੇ ਜਾਓ ਕਦੇ ਦਿਲ 'ਚ ਨਾ ਲੈ ਕੇ ਚਲੇ ਜਾਓ ਇੱਕ ਲਾਸਟ ਨਹੀਂ ਪੁੱਛੂੰਗਾ ਸਰਵਦਲੀਆ ਮੀਟਿੰਗ ਬੁਲਾਈ ਹੈ ਕਿ SYL ਨੂੰ ਲੈ ਕੇ ਸਮਝਦੇ ਹਾਂ ਵੱਡਾ ਮਸਲਾ ਹੈਗਾ ਕਿਤੇ ਨਾ ਕਿਤੇ ਸਾਰੀ ਪਾਰਟੀਆਂ ਨੂੰ ਹੁਣ ਆਪਣੀ ਤਰਫ SYL ਦੇ ਉੱਤੇ ਅਸੀਂ ਪਹਿਲਾਂ ਟਰਮੀਨੇਟ ਕੀਤਾ ਬਿਲਕੁਲ ਅਸੀਂ ਪੰਜਾਬ ਦੀ ਇੱਕ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਵਾਂਗੇ ਇਹ ਮੋਦੀ ਦੇ ਕੋਈ ਮਨਸੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਇਸ ਲਈ ਜਿੱਥੇ ਇੱਥੇ ਪਾਣੀਆਂ ਦੇ ਮੁੱਦੇ ਨੇ ਉੱਥੇ ਹੋਰ ਵੀ ਕਈ ਮੁੱਦੇ ਨੇ ਉੱਥੇ CAA ਦਾ ਮੁੱਦਾ ਉੱਥੇ ਸਾਡਾ ਜਿਹੜਾ ਬਿਜਲੀ ਦਾ ਜਿਹੜਾ ਸਭ ਤੋਂ ਵੱਡਾ ਉਹਦਾ ਵੀ ਮੁੱਦਾ ਹੈਗਾ ਉਹ ਵੀ ਸਾਰੇ ਕਰਾਂ ਬਿਲਕੁਲ ਸੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਫ਼ ਤੌਰ 'ਤੇ ਕਹਿਤਾ ਵੀ ਉਹ ਕਿਸੇ ਤਰ੍ਹਾਂ ਦਾ ਫਾਰਮ ਨਹੀਂ ਭਰਨਗੇ CAA NRC ਨੂੰ ਲੈ ਕੇ ਸਾਫ਼ ਤੌਰ 'ਤੇ ਅੱਜ ਜਿਹੜਾ ਕਿ ਵਿਰੋਧ ਮਤਾ ਹੈਗਾ ਉਹ ਪਾਸ ਕੀਤਾ ਗਿਆ ਹੈਗਾ ਕਿਤੇ ਨਾ ਕਿਤੇ ਵਿਧਾਨ ਸਭਾ ਦੇ ਵਿੱਚ ਅਤੇ ਸਾਫ਼ ਤੌਰ 'ਤੇ ਪਾਣੀ ਨੂੰ ਲੈ ਕੇ ਵੀ ਸਪਸ਼ਟ ਕਰਤਾ ਰੰਧਾਵਾ ਨੇ ਕਿ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਊਗੀ ਸਿਟੀਜ਼ਨ ਅਮੈਂਡਮੈਂਟ ਐਕਟ ਨੂੰ ਲੈ ਕੇ ਹਾਲਾਂਕਿ ਚਰਚਾ ਕਾਫ਼ੀ ਲੰਬੀ ਹੋਈ ਪਰ ਅਕਾਲੀ ਦਲ ਨੂੰ ਲੈ ਕੇ ਕਾਂਗਰਸੀ ਕਿਤੇ ਨਾ ਕਿਤੇ ਜਿਹੜਾ ਨੇ ਕਿ ਹਮਲਾਵਰੀ ਸਥਿਤੀ ਦੇ ਵਿੱਚ ਨਜ਼ਰ ਆਏ ਕਿ ਆਖਿਰਕਾਰ ਜਿਹੜਾ ਪੂਰਾ ਸਟੈਂਡ ਸੀਗਾ ਉਹ ਸਪਸ਼ਟ ਨਹੀਂ ਕਰ ਪਾਏ ਉਹ ਵੀਡੀਓ ਜਰਨਲਿਸਟ ਰਵੀ ਦੇ ਨਾਲ ਸੁਮਿਤ ਜੋਸ਼ੀ ਜਨਤਾ TV ਚੰਡੀਗੜ੍ਹ